ਹੈਲੋ एवरीवन ਗਿਲਜ਼ ਮੈਂਟਰ ਦੇ ਆਫੀਸ਼ੀਅਲੀ YouTube ਚੈਨਲ ਤੇ ਮੈਂ ਤੁਹਾਡਾ ਸਭ ਦਾ ਵੈਲਕਮ ਕਰ ਰਿਹਾ ਹਾਂ ਪੀਐਸਪੀਸੀਐਲ ਦੁਬਾਰਾ ਬਹੁਤ ਹੀ ਇੰਪੋਰਟੈਂਟ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਰਜਿਸਟ੍ਰੇਸ਼ਨ ਲਿਸਟਸ ਆਊਟ ਹੋ ਚੁੱਕੀਆਂ ਹਨ ਪੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੇਕਰ ਤੁਸੀਂ ਚਾਹੋ ਨਾ ਤੁਹਾਡੇ ਤੱਕ ਐਦਾਂ ਹੀ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸਬੰਧ ਸਿਲੇਬਸ ਦੇ ਸਬੰਧ ਇੰਪੋਰਟੈਂਟ ਅਪਡੇਟਸ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਡਿਸਕ੍ਰਿਪਸ਼ਨ ਬਾਕਸ ਦਿੱਤੇ ਹੈ ਕਿ ਸਾਡੇ ਇੰਸਟਾਗ੍ਰam ਟੈਲੀਗ੍ਰam ਵਟਸਐਪ ਗਰੁੱਪ ਤੇ ਕਲਿੱਕ ਕਰਕੇ ਜੁੜ ਸਕਦੇ ਹੋ ਜਿੱਥੇ ਇੰਪੋਰਟੈਂਟ ਅਪਡੇਟਸ ਤੁਹਾਨੂੰ ਸਭ ਤੋਂ ਪਹਿਲਾਂ ਸ਼ੇਅਰ ਕੀਤੀ ਜਾਂਦੀ ਹੈ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਆਫੀਸ਼ੀਅਲੀ ਨੋਟੀਫਿਕੇਸ਼ਨ ਤੇ ਉੱਥੇ ਵਿਗਦੇ ਆਂ ਬਧੇਰੀ ਜਾਣਕਾਰੀ ਕੀ ਹੈ ਦੱਸਣਾ ਚਾਹਾਂਗਾ ਪੀਐਸਪੀਸੀਐਲ ਦੇ ਸਬੰਧ ਦੇ ਵਿੱਚ ਆਨਲਾਈਨ ਮੌਕ ਟੈਸਟ ਸੀਰੀਜ਼ ਗਿਲਜ ਮੈਂਟਰ ਦੀ ਟੀਮ ਨੇ ਲਾਂਚ ਕਰਤੀ ਹੈ ਜਦੀ ਪੂਰੀ ਜਾਣਕਾਰੀ ਡਿਸਕ੍ਰਿਪਸ਼ਨ ਬਾਕਸ ਮਿਲ ਜਾਏਗੀ ਅਦਰਵਾਇਜ਼ ਤੁਸੀਂ ਸਾਡੀ ਆਫੀਸ਼ੀਅਲੀ ਵੈਬਸਾਈਟ giljmentor.giljmentor test.com ਤੇ ਜਾ ਕੇ ਲੈ ਸਕਦੇ ਹੋ ਦੋਸਤੋ ਇਹ ਏਲਮ ਦੇ ਸਬੰਧ ਦੇ ਵਿੱਚ ਲਿਸਟਾਂ ਆਊਟ ਹੋ ਚੁੱਕੀਆਂ ਹਨ ਯਾਨੀ ਇੱਥੇ ਗੱਲ ਕਰਦੇ ਹਾਂ ਬਾਰਡਰ ਜ਼ੋਨ ਹੈ ਅਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਨਾਰਥ ਜ਼ੋਨ ਨਾਰਥ ਜ਼ੋਨ ਦੇ ਵਿੱਚ ਹੈ ਫਿਰੋਜ਼ਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮੋਗਾ ਨਵਾਂਸ਼ਹਿਰ ਫਰੀਦਕੋਟ वेस्ट जोन ਦੇ ਵਿੱਚ ਹੈ ਬਠਿੰਡਾ ਫਾਜ਼ਿਲਕਾ ਮਾਨਸਾ ਸ੍ਰੀ ਮੁਕਤਸਰ ਸਾਹਿਬ সেন্ট্রਲ ਜਨ ਹੈਗਾ ਲੁਧਿਆਣਾ ਫਤਿਹਗੜ੍ਹ ਸਾਹਿਬ ਐਂਡ ਸੰਗਰੂਰ ਸਾਊਥ ਜਨ ਹੋ ਗਿਆ ਬਰਨਾਲਾ ਪਟਿਆਲਾ ਮੁਹਾਲੀ ਰੂਪਨਗਰ ਐਂਡ ਹੈੱਡ ਆਫਿਸ ਐਗੈ ਐਕਸ ਸਰਵਿਸਮੈਨ ਜਿ세 ਸੈਲਫ ਜਿ세 ਡਿਪਾਰਟਮੈਂਟ ਸਪੋਰਟਸ ਹੋ ਗਿਆ ਫਰੀडम फाइਟਰ ਹੋਗੇ ਪਰਸਨ ਡਿਸਿਪਲਟੀਆਂ ਹੋਗੇ ਐਂਡ ਅਦਰ ਸਟੇਟ ਕੈਂਡੀਡੇਟਸ ਇਹਨਾਂ ਦੇ ਸਬੰਧ ਵਿੱਚ ਹੈੱਡ ਆਫਿਸ ਦੇ ਸਬੰਧ ਦੇ ਵਿੱਚ ਹੈੱਡ ਇੱਕ ਬਣਾਇਆ ਗਿਆ ਹੈ ਇਸ ਪਾਰਟਿਕੂਲਰ ਲਿਸਟ ਦੇ ਵਿੱਚ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗਾ ਹਾਲਾਂਕਿ ਇਹ ਵੱਖਰੋ-ਵੱਖਰੀ ਲਿਸਟ ਹੈ ਇਸ ਪੂਰੀ ਲਿਸਟ ਦਾ ਬਿਉਰਾ ਕੀ ਹੈ ਤੇ ਕੀ ਕੁਛ ਇੱਥੇ ਦੱਸਿਆ ਜਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਥੇ ਜਿੰਨੇ ਵੀ ਕੈਂਡੀਡੇਟਸ ਹੈ ਕਿਉਂਕਿ ਏਲਮ ਦਾ ਕੋਈ ਵੀ ਇੱਥੇ ਪਾਰਟਿਕੂਲਰ ਰਿਟਨ ਐਗਜ਼ਾਮ ਦਾ ਜ਼ਿਕਰ ਨਹੀਂ ਹੋ ਰਿਹਾ ਲੇਕਿਨ ਇੱਥੇ ਸਿਰਫ ਤੁਹਾਡੇ ਡਾਕੂਮੈਂਟਸ ਵੈਰੀਫਾਈ ਹੋਣਗੇ ਲਾਈਕ ਡਾਕੂਮੈਂਟਸ ਵੈਰੀਫਿਕੇਸ਼ਨ ਦੇ ਅੰਦਰ ਕੈਂਡੀਡੇਟਸ ਦਾ ਰਜਿਸਟ੍ਰੇਸ਼ਨ ਨੰਬਰ ਹੈ ਫਾਦਰ ਨੇਮ ਹੈ ਤੁਸੀਂ ਕੀ ਕਰਨਾ ਹੈ ਤੁਹਾਡਾ ਰਜਿਸਟ੍ਰੇਸ਼ਨ ਫਾਰਮ ਹੈ ਜਿਹੜਾ ਉਹ ਨਾਲ ਲੈਣਾ ਹੈ ਔਰ ਅਲੋਂਗ ਵਿਦ ਆਲ ਦਾ origignal ਡਾਕੂਮੈਂਟਸ ਹੈ ਸਾਰੇ ਤੁਸੀਂ ਲੈ ਕੇ ਆਉਣੇ ਆ ਪ੍ਰੋਪਰ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਇਹ ਦੇਖ ਸਕਦੇ ਹਾਂ ਜਿਵੇਂ ਕਿ ਇੱਕ ਬਾਰਡਰ ਜੌਨ ਦੀ ਗੱਲ ਹੈ ਰਾਈਟ ਇੱਥੇ ਪਾਰਟਿਕੂਲ ਕੈਂਡੀਡੇਟਸ ਉਹਨਾਂ ਦੀ ਕੈਟਾਗਰੀ ਹੈ ਟੋਟਲ ਮਾਰਕਸ ਹੈ ਔਰ ਕਮੇਟੀ ਇਹਨਾਂ ਦੀ ਹੈ ਔਰ ਡੇਟ 25 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਖਾਸ ਤੌਰ ਤੇ ਧਿਆਨ ਰੱਖਣਾ ਹੈ ਤੁਹਾਡੇ ਜਿੰਨੇ ਵੀ ਰਿਲੇਟਿਵਸ ਨੇ ਪਲੀਜ਼ ਸ਼ੇਅਰ ਕਰ ਦਿਓ ਰੱਜ ਕੇ ਦ ਕਿ ਕੋਈ ਵੀ ਐਦਾਂ ਦਾ ਸਟੂਡੈਂਟ ਨਾ ਹੋਵੇ ਲਗਭਗ 3500 ਪੋਸਟਾਂ ਨੇ ਇਹਨਾਂ ਦੇ ਸਬੰਧ ਦੇ ਵਿੱਚ ਹੈ ਔਰ ਐਦਾਂ ਦਾ ਕਿਉਂਕਿ ਜ਼ਿਆਦਾਤਰ ਇਹ ਹੈਗਾ ਕਿ ਤੁਸੀਂ ਇਹਨਾਂ ਸੋਚੋ ਕਿ ਮੈਰਿਟ ਬਹੁਤ ਹਾਈ ਜਾਏਗੀ ਮੈਰਿਟ ਹਾਈ ਤੋਂ ਲੈ ਕੇ ਬਿਲੋ ਤੱਕ ਤਕਰੀਬਨ 익ਸਪੈਕਟਡ ਹੈਗਾ ਕਿ ਜਿੰਨੇ ਜਿਹੜੇ ਕੈਂਡੀਡੇਟਸ ਦੇ 50 55 ਨੰਬਰ ਹੈਗੇ ਉਹਨਾਂ ਦਾ ਵੀ ਰਾਮਨਾਲ ਸਿਲੈਕਸ਼ਨ ਹੋ ਜਾਏਗਾ राइट ए, ए, PS, PCL, तो ਤੁਸੀਂ ਪਲੀਜ਼ ਸ਼ੇਅਰ ਕਰ ਦਿਓ ਔਰ ਪ੍ਰੋਪਰਲੀ ਇਹ ਲਿੰਕ ਦਾ ਮੈਂ ਤੁਹਾਨੂੰ ਕਮੈਂਟ ਬਾਕਸ ਚ ਦੇ ਦਾਂਗਾ ਪੀਐਸਪੀਸੀਐਲ ਦੀ ਅਫੀਸ਼ੀਅਲੀ ਵੈਬਸਾਈਟ ਦਾ ਜਿੱਥੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਾਰੀਆਂ ਲਿਸਟ ਔਰ ਬਹੁਤ इजीली ਹੀ ਤੁਸੀਂ ਆਪਣਾ ਨੇਮ ਚੈੱਕ ਕਰ ਸਕਦੇ ਹੋ ਔਰ ਆਪਣਾ ਵੈਨਿਊ ਔਰ ਟਾਈਮ ਜ਼ਰੂਰ ਯਾਦ ਰੱਖਣਾ 25 ਨਵੰਬਰ ਤੋਂ ਇਹ ਸ਼ੁਰੂ ਹੋ ਰਿਹਾ ਹੈ ਰਾਈਟ ਤੁਹਾਡੇ ਡਾਕੂਮੈਂਟਸ ਵੈਰੀਫਿਕੇਸ਼ਨ ਦੀ ਡਿਟੇਲ ਇਹਨਾਂ ਨੇ ਪਾ ਦਿੱਤੀ ਹੈ ਔਰ ਇੱਥੇ ਇਹਨਾਂ ਨੇ ਪੂਰਾ ਤੁਹਾਨੂੰ ਦੱਸਿਆ ਵੀ ਹੈਗਾ ਠੀਕ ਹੈ ਔਰ ਇਹ ਫਾਈਨਲ ਮੈਰਿਟ ਲਿਸਟ ਨਹੀਂ ਸਮਝਣੀ ਹੈ ਸਿਰਫ ਇਹ ਤੁਹਾਡੇ ਫਾਰਮ ਪਰ ਦੇ ਮੁਤਾਬਿਕ ਵੈਰੀਫਾਈ ਹੋਏਗਾ ਕਿ ਤੁਸੀਂ ਕੋਈ ਮਿਸਟੇਕ ਤਾਂ ਨਹੀਂ ਕੀਤੀ ਹੈ ਵੀ ਤੁਸੀਂ ਜਿਨ੍ਹਾਂ ਨੇ ਫਾਰਮ ਭਰਿਆ ਕਿ ਉਹ ਤੁਹਾਡੀ ਕੈਟਾਗਰੀ ਹੈ ਤੁਹਾਡੇ ਮਾਰਕਸ ਨੇ ਤੁਸੀਂ ਬਿਲਕੁਲ ਫulfill ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੀ ਮੈਰਿਟ ਲਿਸਟ ਬਣ ਜਾਏਗੀ ਔਰ ਉਸ ਤੋਂ ਬਾਅਦ ਤੁਹਾਨੂੰ ਜੁਆਇਨਿੰਗ ਦੇ ਦਿੱਤੀ ਜਾਏਗੀ ਤਾਂ ਦੋਸਤੋ ਇਹ ਇੰਪੋਰਟੈਂਟ ਅਪਡੇਟ ਸੀ ਕਿ ਪਲੀਜ਼ ਲਾਈਕ ਔਰ ਸ਼ੇਅਰ ਕਰਨਾ ਨਹੀਂ ਭੁੱਲਣਾ ਔਰ ਮੈਂ ਮਿਲਦਾ ਤੁਹਾਨੂੰ ਨੈਕਸਟ ਅਪਡੇਟਸ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ